ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣੇ ਇੱਕ ਜਾਣਕਾਰੀ ਮਿਲੀ ਆ ਕਿ ਮੱਧ ਪ੍ਰਦੇਸ਼ ਦੇ ਸ਼ਹਿਰ ਜੱਬਲਪੁਰੇ ਵਿਖੇ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਜਿਸ ਵਿੱਚ ਇੱਕ ਨੌਜਵਾਨ ਪ੍ਰਭਜੋਤ ਸਿੰਘ ਜਿਸ ਨੇ ਸੰਤ ਜਰਨੈਲ ਸਿੰਘ ਦੀ ਤਸਵੀਰ ਆਪਣੇ ਟਰੈਕਟਰ ਤੇ ਲਾਈ ਹੋਈ ਸੀ ਸੰਤ ਜਰਨੈਲ ਸਿੰਘ ਦੀ ਤਸਵੀਰ ਕਰੈਕਟਰ ਤੇ ਲਾਉਣ ਕਾਰਨ ਉਸ ਨੌਜਵਾਨ ਤੇ ਮਾਧਪੁਰ ਦੇਸ਼ ਦੀ ਪੁਲਿਸ ਨੇ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਮੈਂ ਮਾਂਜੋ ਪ੍ਰਧਾਨ ਸਾਹਿਬ ਵੱਲੋਂ ਇਸ ਗੱਲ ਦੀ ਸਖਤ ਨਖੇਦੀ ਕਰਦਾ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਉਹਨੂੰ ਤੁਰੰਤ ਰਹਾ ਕੀਤਾ ਜਾਵੇ ਤੇ ਪਰਚਾ ਰੱਦ ਕੀਤਾ ਜਾਵੇ ਸੰਤ ਜਰਨੈਲ ਸਿੰਘ ਸਾਡੇ ਉਹ ਕਮਿਸ਼ੀਟ ਨੇ ਜਿਨ੍ਹਾਂ ਨੇ ਸਚਖੰਡ ਸ਼੍ਰੀਮਨ ਦਰਸਾਹਬ ਦੀ ਪਵਿੱਤਰਤਾ ਲਈ ਆਪਣੀ ਕੁਰਬਾਨੀ ਦਿੱਤੀ। ਉਹਨਾਂ ਦੀ ਕੁਰਬਾਨੀ ਕਰਕੇ ਹੀ ਉਹਨਾਂ ਦਾ ਨਾਮ ਜਿਹੜਾ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਯਾਬ ਘਰ ਚਲਾਈ ਗਈ ਹੈ। ਇਹ ਸਾਡੇ ਕੌਮੀ ਸ਼ਹੀਦ ਨੇ ਜਿਵੇਂ ਆਪਣੇ ਕੌਮੀ ਸ਼ਹੀਦਾਂ ਨੂੰ ਯਾਦ ਕਰ ਲਈ ਇਹ ਉਹਨਾਂ ਦੀ ਅਸੀਂ ਤਸਵੀਰ ਵੀ ਨਹੀਂ ਆਪਣੇ ਟਰੈਕਟਰਾਂ ਟਰਾਲੀਆਂ ਤੇ ਨਹੀਂ ਲਾ ਸਕਦੇ। ਤਾਂ ਫਿਰ ਸਾਡਾ ਸਿੱਖ ਹੋਣ ਦਾ ਕੋਈ ਫਾਇਦਾ ਨਹੀਂ ਪਰ ਸਰਕਾਰਾਂ ਜਿਹੜੀਆਂ ਸਾਨੂੰ ਇਹ ਝੁਕਾ ਨਹੀਂ ਸਕਦੀਆਂ ਕਿ ਅਸੀਂ ਆਪਣੇ ਸ਼ਹੀਦਾਂ ਦੀਆਂ ਫੋਟੋਆਂ ਵੀ ਆਪਣੇ ਘਰਾਂ 'ਚ ਜਾਂ ਟਰੈਕਟਰਾਂ ਦੇ ਨਾਲ ਲਾਈਏ ਕਿਉਂਕਿ ਇਹ ਸਾਡੇ ਕੌਮੀ ਸ਼ਹੀਦ ਨੇ ਸਾਡਾ ਹੱਕ ਬਣਦਾ ਆ ਕਿ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹਹੀਂ ਚਾਹੇ ਉਹ ਆਪਣੇ ਘਰਾਂ 'ਚ ਲਾਈਏ ਚਾਹੇ ਉਹ ਅਸੀਂ ਆਪਣੇ ਫੇਸਬੁੱਕ ਤੇ ਲਾਈਏ ਚਾਹੇ ਉਹ ਅਸੀਂ ਆਪਣੇ ਕਿਸੇ ਵਹੀਕਲ ਤੇ ਲਾਈਏ ਕਿਉਂਕਿ ਸੰਤ ਜਰਨੈਲ ਸਿੰਘ ਨੇ ਕੁਰਬਾਨੀ ਦਿੱਤੀ ਹੈ ਜੇ ਭਗਤ ਸਿੰਘ ਦੀ ਤਸਵੀਰ ਹਰ ਥਾਂ ਲੱਗ ਸਕਦੀ ਆ ਤਾਂ ਸੰਤ ਜਰਨੈਲ ਸਿੰਘ ਦੀ ਤਸਵੀਰ ਵੀ ਸਾਡਾ ਹੱਕ ਬਣਦਾ ਆ ਇਸ ਕਰਕੇ ਪ੍ਰਸ਼ਾਸਨ ਨੂੰ ਉੱਥੋਂ ਦੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਆ ਕਿ ਇਹ ਜਿਹੜਾ ਪ੍ਰਭ ਜੋਸ਼ ਸਿੰਘ ਦਾ ਨੂੰ ਤੁਰੰਤ ਰਹਾ ਕਰਕੇ ਪਰਚਾ ਰੱਦ ਕੀਤਾ ਜਾਵੇ ਤਾਂ ਕਿ ਜਿਹੜੇ ਸਿੱਖ ਉਹ ਇਹ ਬੇਗਾਨਗੀ ਦਾ ਅਹਿਸਾਸ ਨਾ ਕਰਨ ਕਿ ਸਿੱਖੇ ਦੋਸਤਾਂ ਚ ਦੂਜੇ ਦਰਜੇ ਦੇ ਸ਼ਹਿਰੀ ਜਿਹੜੇ ਨੇ ਉਹ ਮਹਿਸੂਸ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ